ਇਹਦਾ ਗਲਾ ਗਲੇ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਹੈਂਡ ਵਰਕ ਹੋਇਆ ਵਾ ਇਹਦੇ ਤੇ ਇਹਦੇ ਨਾਲ ਬਲੈਕ ਕਲਰ ਦੀ ਬਾਟਮ ਹੈ ਜ਼ਿਆਦਾ ਗਰਮੀ ਚ ਆਪਾਂ ਬਲੈਕ ਜਾਂ ਵਾਈਟ ਹੀ ਲਾਈਕ ਕਰਦੇ ਆ ਇਹੋ ਕੀ ਕੰਬੀਨੇਸ਼ਨ ਆ ਬਲੈਕ ਐਂਡ ਵਾਈਟ ਤੇ ਤੁਸੀਂ ਇਹਦਾ ਦੁਪੱਟਾ ਦੇਖੋਗੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਦੁਪੱਟਾ ਇਹਦੇ ਨਾਲ ਕੋਟਾ ਦਾ ਹੈਗਾ ਇਹਦੇ ਨਾਲ ਬਲੈਕ ਬਾਟਮ ਲੱਗੀ ਹੋਈ ਹੈ ਪਿਓਰ ਕੈਮਰੀ ਕਾਟਨ ਦੀ ਇਹਦਾ ਦੁਪੱਟਾ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਵਾ ਬਹੁਤ ਸੋਹਣੀ ਵੇਲ ਲੱਗ ਰਹੀ ਆ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਦੋਨਾਂ ਸਾਈਡ ਤੇ ਇੱਕੋ ਤਰ੍ਹਾਂ ਲੈਸ ਆ ਰਹੀ ਹੈ ਫਰੰਟ ਤੇ ਵੀ ਐਂਡ ਬੈਕ ਤੇ ਵੀ ਓਕੇ ਰੁਕੋ ਇੱਕ ਮਿੰਟ ਬਹੁਤ ਸੋਹਣਾ ਲੱਗ ਰਿਹਾ ਨਾ ਦੇਖਣ ਨਾਲ ਵਧੀਆ ਲੱਗਦਾ ਨਾ ਸਫਾਈ ਦੇਖੋ ਤੁਸੀਂ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਜਸ ਸਿੱਧੂ ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਅਮਨਪ੍ਰੀਤ ਤੇ ਸਵਾਗਤ ਕਰਦੇ ਹਾਂ ਤੁਹਾਡਾ ਰੀਤ ਫੈਸ਼ਨ ਬੁਟੀਕ ਦੇ ਉੱਤੇ ਅੱਜ ਫੇਰ ਦੁਬਾਰਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਅਗਲੇ ਸੂਟ ਤੁਹਾਨੂੰ ਉਸ ਤੋਂ ਹੀ ਬੈਸਟ ਦਿਖਾਵਾਂਗੇ ਠੀਕ ਆ ਤੇ ਜਿਹੜੇ ਸੂਟ ਅੱਜ ਵਾਲੇ ਆ ਉਹ ਤਾਂ ਇੱਕ ਤੋਂ ਇੱਕ ਆ ਬਾਕੀ ਜਿਆਦਾ ਮਨਪ੍ਰੀਤ ਨੂੰ ਪਤਾ ਮਨਪ੍ਰੀਤ ਦੱਸੂਗੀ ਹਾਂਜੀ ਜਿਹੜੇ ਅੱਜ ਵਾਲੇ ਸੂਟ ਆਪਣੇ ਉਹ ਹੈਗੇ ਥੋੜੇ ਜਿਹੇ ਪਾਰਟੀ ਵੀਅਰ ਜਿੱਦਾਂ ਆਪਾਂ ਕਿਤੇ ਘੁੰਮਣ ਫਿਰਨ ਜਾਣਾ ਜਾਂ ਕਿਸੇ ਕੋਈ ਪਾਰਟੀ ਅਟੈਂਡ ਕਰਨਾ ਤਾਂ ਵੀ ਆਪਾਂ ਨੂੰ ਸਿੰਪਲ ਸੋਬਰ ਜੇ ਆ ਸੋਹਣੇ ਆ ਬਹੁਤ ਵਿੱਚ ਉਹਨਾਂ ਦੇ ਕਈਆਂ ਤੇ ਹੈਂਡ ਵਰਕ ਹੋਇਆ ਵਾ ਤੇ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਤੇ ਜਿਹੜੀ ਇਹ ਵੈਰਾਈਟੀ ਹੈ ਥੋੜੀ ਜਿਹੀ ਕਲਕੱਤੇ ਵਾਲੀ ਵੈਰਾਈਟੀ ਆ ਇੱਧਰ ਦੇਖ ਲਓ ਮੈਂ ਤਾਂ ਬੋਲ ਲਿਆ ਨਾ ਕੋਲਾ ਕੋ ਕਹਿੰਦਾ ਮਤਲਬ ਕਿ ਜਿਹੜੇ ਇਹ ਸੂਟ ਤੁਸੀਂ ਵਿਆਹ ਚ ਪਾ ਕੇ ਜਾਓਗੇ ਤੁਹਾਨੂੰ ਕੋਈ ਮੋੜੂਗਾ ਨਹੀਂ ਗਾ ਵੀ ਹਾਂ ਯਾਰ ਬਹੁਤ ਵਧੀਆ ਭਲਾ ਵਿਆਹ ਅਟੈਂਡ ਕਰ ਲਿਓ ਇਹਨਾਂ ਚੀਜ਼ਾਂ ਦਾ ਠੀਕ ਆ ਨਹੀਂ ਥੋੜੀ ਜਿਹੀ ਇਹ ਥੋੜੀ ਫੈਂਸੀ ਆ ਕਲਕੱਤੇ ਵਾਲੀ ਵੈਰਾਈਟੀ ਆ ਇਹਦੇ ਚ ਇਹ ਨਹੀਂ ਹੈਗਾ ਵੀ ਕਲਰ ਕੰਬੀਨੇਸ਼ਨ ਜਾਂ ਇਹ ਚ ਹੋਰ ਕਲਰ ਦੇ ਦੋ ਉਹ ਚੀਜ਼ਾਂ ਨਹੀਂ ਹੈਗੀਆਂ ਸਿੰਗਲ ਸਿੰਗਲ ਹੀ ਆ ਸਾਰੇ ਸਿੰਗਲ ਸਿੰਗਲ ਹੀ ਮਿਲੂਗੀ ਹਾਂਜੀ ਕੋਈ ਸਾਨੂੰ ਖੁਦ ਨੂੰ ਇੱਕ ਕੀ ਮਿਲੀ ਅਸੀਂ ਕਰੀਏ ਕੀ ਹਨਾ ਹਾਂਜੀ ਇਹ ਜ਼ਿਆਦਾ ਪੀਸੀ ਵਾਲੇ ਵੀ ਰਹਿ ਸਕਦੇ ਆ ਪਰ ਟੀਸੀ ਵਾਲੇ ਵੀ ਰਹਿ ਸਕਦੇ ਆ ਪਰ ਜੇ ਆਪਾਂ ਸੇਮ ਮੰਗਵਾਉਣਾ ਤਾਂ ਸੇਮ ਵੀ ਨਹੀਂ ਆਪਾਂ ਮੰਗਵਾ ਸਕਦੇ ਸੋ ਇਹ ਬਹੁਤ ਸੋਹਣੀ ਵੈਰਾਈਟੀ ਆ ਕਾਟਨ ਦੀ ਜਿਹੜਾ ਲੈ ਗਿਆ ਸੋ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਸੂਟ ਉਹਦੇ ਦਿਖਾਣੇ ਆ ਹੈਂਡ ਵਰਕ ਵਾਲੇ ਸੋ ਉਹ ਮੈਂ ਪਹਿਲਾਂ ਹੀ ਇਦਾਂ ਲਗਾ ਤੇ ਉਹ ਵੀ ਜਲਦੀ ਜਲਦੀ ਦਿਖਾਣੇ ਆਪਾਂ ਨੈਕਸਟ ਵਲੌਗ ਬਣਾ ਕਰੀਏ ਫਿਰ ਆਪਾਂ ਹਨਾ ਹਾਂਜੀ ਤੇ ਫਿਰ ਆਪਾਂ ਕੰਟੀਨਿਊਸ ਦੂਸਰੇ ਵਲੌਗ ਤੁਹਾਡੀ ਲੈ ਕੇ ਆਵਾਂਗੇ ਘਰ ਦੀ ਅਪਡੇਟ ਦੇਵਾਂਗੇ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਤੇ ਇਹ ਵਲੌਗ ਵਾਲਾ ਫਿਰ ਆਪਣਾ ਇਹ ਸੂਟਾਂ ਦੇ ਰਿਲੇਟਡ ਹੀ ਆ ਠੀਕ ਆ ਚਲੋ ਫਿਰ ਵਲੌਗ ਨੂੰ ਕੰਟੀਨਿਊ ਦੇਖਦੇ ਰਹੋ ਠੀਕ ਆ ਤੇ ਫਿਰ ਆਪਾਂ ਪਹਿਲਾਂ ਸਟਾਰਟਿੰਗ ਕਰਦੇ ਆ ਹੈਂਡ ਵਰਕ ਵਾਲੇ ਸੂਟਾਂ ਤੋਂ ਵਾਲੇ ਨੀ ਦਿਖਾਉਣੇ ਜਿਆਦਾ ਵਲੌਗ ਕਾਟਨ ਵਾਲਾ ਹੀ ਅੱਜ ਕਾਟਨ ਦੀ ਦਿਖਾਉਣੇ ਆ ਸਿਰਫ ਦੋ ਸੂਟ ਆ ਉਹ ਦੇਖਣ ਲੱਗੀ ਸੀ ਰੱਖੀ ਬੱਟੀ ਕੱਢ ਕੇ ਮੈਂ ਚਾਹਦੀ ਕਿ ਨਹੀਂ ਦਿਖਾਉਣੇ ਮੈਂ ਦਿਖਾ ਦੇ ਕੋਈ ਚੱਕਰ ਨਹੀਂ ਅੱਜ ਤੱਕ ਦੁਪੱਟੇ ਅਸੀਂ ਰੈਡੀ ਕੱਲ ਕਰਵਾਉਣੇ ਆ ਦੁਪੱਟੇ ਰੈਡੀ ਨਹੀਂ ਹੈਗੇ ਜਸਟ ਸਟਿਚ ਹੋ ਕੇ ਆਏ ਆ ਇਹ ਨਿਕਲ ਜਾਣੇ ਆ ਕੋਈ ਕੁਰੀਅਰ ਹੋ ਜਾਣੇ ਆ ਫਿਰ ਮੁੜ ਕੇ ਰਹਿ ਜਾਂਦੇ ਆ ਨਾ ਤੁਹਾਨੂੰ ਡਿਜ਼ਾਈਨ ਦਿਖਾਉਣ ਵਾਲੇ ਓਕੇ ਠੀਕ ਆ ਫਿਰ ਆਓ ਫਿਰ ਚਾਪਾ ਦਿਖਾਉਣੇ ਤੁਹਾਨੂੰ ਨਿਊ ਨਿਊ ਸੂਟ ਸਾਈਜ਼ਾਂ ਜੁੜੇ ਰਹੋ ਵਲੌਗ ਨੈਟ ਤੇ ਜਰੂਰ ਦੇਖਿਓ ਓਕੇ ਜੀ ਸੋ ਆਪਾਂ ਸਟਾਰਟਿੰਗ ਕਾਟਨ ਦੇ ਸੂਟਾਂ ਤੋਂ ਹੀ ਕਰਨੀ ਆ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਸੂਟ ਨੇ ਉਹਨਾਂ ਤੇ ਥੋੜਾ ਜਿਹਾ ਤੁਸੀਂ ਦੇਖ ਲਓ ਉਹ ਵੀ ਬਹੁਤ ਸੋਹਣੇ ਬਣੇ ਹੋਏ ਨੇ ਤੇ ਫਿਰ ਨਿਕਲ ਜਾਣੇ ਨੇ ਫਿਰ ਮੇਰੇ ਤੋਂ ਕਈ ਵਾਰ ਇਦਾਂ ਹੀ ਹੁੰਦਾ ਹੈ ਕਿ ਦਿਖਾਉਣ ਦਾ ਟਾਈਮ ਹੀ ਨਹੀਂ ਲੱਗਦਾ ਜਿਹੜਾ ਤੁਸੀਂ ਇਹ ਵਾਲਾ ਸੂਟ ਦੇਖ ਰਹੇ ਹੋ ਬਹੁਤ ਸੋਹਣਾ ਵਰਕ ਹੋਇਆ ਹੈ ਪੂਰਾ ਸ਼ਾਈਨਿੰਗ ਆ ਬਹੁਤ ਜ਼ਿਆਦਾ ਸ਼ਾਈਨਿੰਗ ਆ ਇਹ ਵਰਕ ਇਹਦੇ ਵਿੱਚ ਪਰਲ ਕੁੰਦਨ ਤੇ ਸਿੱਪੀ ਦਾ ਕੰਮ ਹੈ ਸਾਰਾ ਤੇ ਕੱਟ ਦਾਣਾ ਲੱਗਾ ਹੋਇਆ ਹੈ ਬਹੁਤ ਸੋਹਣਾ ਵਰਕ ਆ ਦਬਕਾ ਵੀ ਯੂਜ਼ ਹੋਇਆ ਇਹਦੇ 'ਚ ਤੇ ਇਹ ਬਾਟਮ ਦਾ ਵਰਕ ਹੈ ਇਹ ਵੀ ਬਹੁਤ ਸੋਹਣਾ ਹੋਇਆ ਵਾ ਬਾਟਮ ਦਾ ਵਰਕ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਜੂ ਦਾ ਵੀ ਬਹੁਤ ਸੋਹਣਾ ਵਰਕ ਹੈ ਬਹੁਤ ਸੋਹਣੀਆਂ ਬਾਜੂ ਬਣੀਆਂ ਹੋਈਆਂ ਨੇ ਇਸ ਦਾ ਗਲਾ ਵੀ ਬਹੁਤ ਸੋਹਣਾ ਹੈ ਤੁਸੀਂ ਗਲਾ ਦੇਖ ਸਕਦੇ ਹੋ ਨਾ ਵਰਕ ਵੀ ਪੂਰੀ ਸਫਾਈ ਦੇ ਵਿੱਚ ਹੈ ਤੁਹਾਨੂੰ ਸਾਡੇ ਵੱਲੋਂ ਕਿਸੇ ਚੀਜ਼ ਦੀ ਕੋਈ ਕੰਪਲੇਂਟ ਨਹੀਂ ਆਉਂਦੀ ਇਹ ਵਾਈਨ ਕਲਰ ਤੇ ਹੋਇਆ ਵਾ ਇਹ ਵਰਕ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਨੈਕਸਟ ਹੈ ਜੀ ਆਪਣਾ ਨੇਵੀ ਬਲੂ ਦੇ ਵਿੱਚ ਤੇ ਵੀ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਸੋਹਣਾ ਇੱਥੇ ਵਰਕ ਹੋਇਆ ਹੈ ਜ਼ਿਆਦਾ ਇਹਦੇ 'ਚ ਕੁੰਦਨ ਦਾ ਵਰਕ ਹੈ ਐਂਡ ਬਹੁਤ ਹੀ ਡਿਫਰੈਂਟ ਜਿਹਾ ਵਰਕ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਕੱਟ ਦਾਣਾ ਕਿੱਦਾਂ ਲੱਗਿਆ ਹੋਇਆ ਇਹ ਬਹੁਤ ਸੋਹਣੀ ਚੀਜ਼ ਬਣੀ ਹੋਈ ਆਹ ਵਾਲੀ ਬਹੁਤ ਸੋਹਣਾ ਵਰਕ ਹੈ ਵੀ ਡਿਫਰੈਂਟ ਜਿਹਾ ਇਹ ਲੇਟੈਸਟ ਡਿਜ਼ਾਈਨ ਨੇ ਆਪਣੇ ਇਹ ਬਾਟਮ ਦੇ ਉੱਤੇ ਵਰਕ ਹੈ ਹਲਕਾ ਜਿਹਾ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਬਾਜੂ ਵੀ ਬਹੁਤ ਸੋਹਣੇ ਬਣੇ ਆ ਸੇਮ ਇਹੀ ਡਿਜ਼ਾਈਨ ਗਲੇ ਦਾ ਹੈ ਬਾਜੂ ਵਾਲਾ ਘੇਰੇ ਵਾਲਾ ਤੁਸੀਂ ਦੇਖ ਸਕਦੇ ਹੋ ਬਾਜੂ ਗਲਾ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਇਸਦਾ ਗਲਾ ਜਿਹੜਾ ਹੈਗਾ ਇਹ ਵੀ ਸ਼ੇਪ ਚ ਅੱਜ ਕੱਲ ਵੀ ਸ਼ੇਪ ਗਲੇ ਦਾ ਬਹੁਤ ਟ੍ਰੈਂਡ ਹੈ ਸੋ ਉਹਦੇ ਅਕੋਰਡਿੰਗ ਇਹ ਸੂਟ ਬਣਿਆ ਹੋਇਆ ਲੇਟੈਸਟ ਡਿਜ਼ਾਈਨ ਵੀ ਦੇਖ ਸਕਦੇ ਹੋ ਦੋਨੇ ਬਹੁਤ ਸੋਹਣੇ ਸੂਟ ਨੇ ਇਹ ਦੋਨੇ ਹੀ ਬਹੁਤ ਸੋਹਣੇ ਸੂਟ ਨੇ ਤੇ ਤੁਸੀਂ ਦੇਖ ਸਕਦੇ ਹੋ ਦੋਨਾਂ ਤੇ ਡਿਫਰੈਂਟ ਤਰ੍ਹਾਂ ਦਾ ਵਰਕ ਹੈ ਇੱਕ ਤੇ ਬਹੁਤ ਜ਼ਿਆਦਾ ਸ਼ਾਈਨਿੰਗ ਹੈ ਤੇ ਚਲੋ ਤੁਹਾਡਾ ਟਾਈਮ ਨਾ ਆਪਾਂ ਵੇਸਟ ਕਰਦੇ ਹੋਏ ਆਪਾਂ ਤੁਹਾਨੂੰ ਕਾਟਨ ਦੇ ਸੂਟਾਂ ਤੇ ਥੋੜਾ ਜਿਹਾ
दिखाने हैं। सो फर्स्ट कुछ के सूट जिहड़े अपने स्टिच हुए हैं कॉटन दे, तुसीं देख सकते हो। लो जी सारे जने दिलां ते हाथ धर लियो, ठीक है। कॉटन दे सूट स्टिचिंग हुए हैं, डिजाइन तुहानू दिखावांगे इहदे विच जिहड़े स्टिच करके आपां रेडी कीते हुए आ सूट जाने आ किदां डिजाइन पाए हुए कॉटन दे सूटां दे विच। ਵਿੱਚ ਲੈਸ ਐਡ ਕੀਤੀ ਹੋਈ ਹੈ ਬਾਜੂ ਤੇ, ਘੇਰੇ ਤੇ, ਗਲੇ ਤੇ ਸਿੰਪਲ ਜਿਹਾ ਬਟਨ ਲਾ ਕੇ ਡਿਜ਼ਾਈਨ ਕੀਤਾ। ਤੁਸੀਂ ਨੈਕ ਵੀ ਦੇਖ ਸਕਦੇ ਹੋ, ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ, ਬਹੁਤ ਸੋਹਣਾ ਲੱਗਦਾ ਤੁਹਾਨੂੰ। ਹਾਂਜੀ, ਇਹਦੇ ਤੇ ਫਰੰਟ ਬੈਕ ਦੋਨਾਂ ਸਾਈਡ ਤੇ ਇੱਕੋ ਤਰ੍ਹਾਂ ਲੈਸ ਆ ਰਹੀ ਹੈ, ਫਰੰਟ ਤੇ ਵੀ ਐਂਡ ਬੈਕ ਤੇ ਵੀ। ਓਕੇ ਰੁਕੋ ਇੱਕ ਮਿੰਟ, पूरा टॉप दा सूट बनया होया जी। हाँ जी, अपना बहुत सोहना सूट रेडी होया वा, फ्रंट ते भी अपना लैस पाइपिंग देखो किन्नी सोहनी कीती हुई है, ते आ जड़ी विच लैस दित्ती है भी बहुत सोहनी आ। सो इहदे नाल पूरी प्रॉपर मैचिंग आ पाइपिंग दी, तुसीं देख सकदे हो पाइपिंग भी बहुत सोहनी लग रही है, सेम मैचिंग आ। ते नीचे घेरे ते भी आ लैस पर्ल वाली, इह भी बहुत सोहनी लग रही आ। घेरा दोनों ही बने हुए आ, फ्रंट बैक दोनों साइड ही आपां जाली ऐड कीती हुई आ, तुसीं देख सकदे हो। बहुत ज्यादा सोहना सूट स्टिच होया। नेक्स्ट जी आपां तुहानूं एक दो कॉटन दे सूटां दे जिवें हैडपेज दिंदे आ, आपां कॉटन दे सूटां दे जिन्हां ने तुसीं कोई भी डिजाइन सिलेक्ट कर लैणा कॉटन दा, जे कोई डिजाइन ही करवाउणी आ ओह वी अवेलेबल आ। लाइक जिवें मशीन वर्क कॉटन दे सूटां उत्ते बहुत सोहना लगदा, तुसीं देख सकदे हो। इहदे ते सिर्फ दो वेलां बजांदियां उपर तक। सो ये चीज़ा दुकाना से कभी नहीं लै सकते, जिन्ना मर्जी ट्राई कर लो लखा रुपये चक तुरे फिर चीज़ा थोड़ा दुकाना से कभी नहीं मिलनी, क्योंकि चीज़ा तैयार ही करनी पैंदी। बाजू से भी वर्क है, ये बॉटम से भी किया हुआ सेम पौंचिया के उपर, एंड बहुत सोहनी वेल लग रही है, ये भी बहुत सोहना सूट बनया। मजेंटा कलर का दुपट्टा, डार्क मजेंटा का बहुत सोहना लगेगा। ਉੱਠੀ ਬੜਾ ਬੜਾ ਰਿਹਾ ਕਲਰ ਹੈ ਨਾ, ਕਿੰਨਾ ਲਾਈਟ ਉੱਤੇ ਡਾਰਕ ਬੜਾ ਉੱਠ ਰਿਹਾ ਨਾ, ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੀ ਬਹੁਤ ਸੋਹਣਾ ਹੈ। ਸੋ ਜਿਨ੍ਹਾਂ ਦੇ ਕੱਪੜੇ ਸੀ ਉਹਨਾਂ ਨੇ ਸਾਨੂੰ ਸਿਰਫ ਕੁਛ ਨੀ ਭੇਜਿਆ, ਸਿਰਫ ਕੱਪੜੇ ਭੇਜ ਦਿਆ, ਡਿਜ਼ਾਈਨ ਹੀ ਤੁਸੀਂ ਆਪਣੀ ਮਰਜ਼ੀ ਦੀ ਜੋ ਕੁਛ ਬਣਾਉਣਾ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ। ਕਈ ਵਾਰੀ ਹੁੰਦਾ ਕਿ ਕੁਛ ਵੀ ਸਿਲੈਕਟ ਨਹੀਂ ਕੀਤਾ, ਇਹ ਖੁਦ ਮੈਂ ਆਪਣੇ ਅਕੋਰਡਿੰਗ ਦੇਖ ਕੇ ਬਣਾਇਆ। ਜਦੋਂ ਕਸਟਮਰ ਜ਼ਿੰਮੇਵਾਰੀ ਦੇ ਦਿੰਦਾ ਨਾ ਕਿ ਤੁਸੀਂ ਹੀ ਬਣਾਉਣੇ ਆ, ਜਿੱਦਾਂ ਮਰਜ਼ੀ ਬਣਾ ਦਿਓ, ਬੈਸਟ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਫਿਰ ਜ਼ਿੰਮੇਵਾਰੀ ਬਾਲੀ ਵੱਧ ਜਾਂਦੀ ਹੈ, ਉਦੋਂ ਐਂ ਹੁੰਦਾ ਗਲਤ ਨਾ ਹੋ ਜੇ ਕਿਤੇ, ਕਿ ਅਗਲੀ ਚੀਜ਼ ਦੇਖੀ ਆ ਕਿ ਕਿੱਥੇ ਉਹ ਚੀਜ਼ ਬਣਾਉਣੀ ਸੌਖੀ ਹੁੰਦੀ, ਜਦੋਂ ਅਗਲਾ ਜ਼ਿੰਮੇਵਾਰੀ ਦੇ ਦਿੰਦਾ ਵੀ ਤੁਸੀਂ ਆਪ ਹੀ ਬਣਾਓ, ਉਦੋਂ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਚੀਜ਼ ਦੀ। जज नहीं हो रहा सी, मिरर वर्क करवाया जिहड़ा बहुत सारे सूटां ते बन के गया है, देख सकते हो वर्क बहुत सोहना लग रहा है। ये कुछ अपने सूट जेडे रेडी किते सीगे मशीन वर्क दे विच, क्योंकि हुण गर्मी है, गर्मी वाले सूटां ते ज्यादा मशीन वर्क ही सोहना लगदा। सो हुण तुहाडा टाइम ना वेस्ट कर देणा, हुण आपां कॉटन दे सूट लैके आए आ। विद प्राइस, विद प्राइस, इहदा प्राइस हैगा 2500। ओके, बहुत सोहना वा, इह कलकत्ते दे डिजाइनर जिहड़े हे वाले। ਇਹ ਚੀਜ਼ਾਂ ਉਹੀ ਜਿਹੜੀਆਂ ਮੈਂ ਗੱਲ ਕੀਤੀ ਸੀ ਵਲੌਗ ਦੇ ਵਿੱਚ, ਵਿਆਹ ਸ਼ਾਦੀ ਜੀ ਪਾ ਕੇ ਜਾ ਸਕਦੇ ਹੋ, ਠੀਕ ਆ। ਸੋ ਇਹ ਤਾਂ ਸਭ ਤੋਂ ਇੱਕ ਤੋਂ ਇੱਕ ਨੇ, ਸਾਰੇ ਜਣੇ ਵਲੌਗ ਨੂੰ ਐਂਟਰ ਜ਼ਰੂਰ ਦੇਖਿਓ। ਇਹਦਾ ਡਿਜ਼ਾਈਨ, ਇਹ ਸੂਟ ਬਹੁਤ ਜ਼ਿਆਦਾ ਸੋਹਣਾ ਹੈ, ਤੁਸੀਂ ਦੇਖ ਸਕਦੇ ਹੋ ਸੂਟ।
ਲਾਈਨਿੰਗ ਆ ਇਹਦੇ ਵਿੱਚ ਤੇ ਇਹਦੇ ਨਾਲ ਲਾਈਨਾਂ ਬਣੀਆਂ ਹੋਈਆਂ ਤੋਤੇ ਵਾਏ ਵੇ ਵਿੱਚ ਨਾ ਤੋਤੇ ਪੁੱਠੇ ਆ ਰਹੇ ਇੱਧਰ ਨਹੀਂ ਇਹ ਬਹੁਤ ਜਿਆਦਾ ਸੋਹਣਾ ਸੂਟ ਆ ਪੂਰਾ ਪਾਰਟੀ ਵੇਅਰ ਕਿਉਂਕਿ ਜਿਆਦਾ ਡਾਰਕ ਕਲਰ ਸੋਹਣੇ ਨਹੀਂ ਲੱਗਦੇ ਗੇ ਗਰਮੀ ਦੇ ਵਿੱਚ ਤਾਂ ਲਾਈਟ ਕਲਰ ਹੀ ਜਾ ਜਾਂਦੇ ਨਾ ਜਿਆਦਾ ਲਾਈਟ ਕਲਰ ਹੀ ਚੱਲਦੇ ਆ ਇਹ ਮਿਸਲੀਨ ਦਾ ਦੁਪੱਟਾ ਇਹਦੇ ਨਾਲ ਓਕੇ ਇਹਦਾ ਹੁਣ ਮੈਂ ਨਾਲ ਦੀ ਨਾਲ ਲਿਫਾਫਾ ਰੱਖੀ ਜਾਂ ਨੈਕਸਟ ਜੀ ਆਪਣਾ ਹੈਗਾ ਵਾਈਟ ਕਲਰ ਦਾ ਸੂਟ ਆ ਇਹਦੇ ਤੇ ਹੈਂਡ ਵਰਕ ਹੋਇਆ ਇਹਦਾ ਪ੍ਰਾਈਸ ਹੈਗਾ 3200 ਇਹ ਥੋੜਾ ਜਿਹਾ ਹਾਈ ਰੇਂਜ ਦੀ ਆ ਇਹ ਪਿਓਰ ਕੋਟਾ ਹੈਗਾ ਕੱਪੜਾ ਸਟੱਫ ਹੈਗਾ ਪਿਓਰ ਕੋਟਾ ਤੇ ਬਹੁਤ ਵਧੀਆ ਹੈ ਕੋਟਨ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਣੀ ਹੁਣ ਤਾਂ ਕਿਉਂਕਿ ਜੇ ਪ੍ਰਾਈਸ ਉਪਜਾਵੜਾ ਫਿਰ ਚੀਜ਼ ਮਾੜੀ ਤਾਂ ਕਦੇ ਹੋਣ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਆ ਵਰਕ ਹੋਇਆ ਉੱਤੇ ਦੇ ਹਨਾ ਹਾਂਜੀ ਇਹਦੇ ਤੇ ਗਲਾ ਬਣਿਆ ਹੋਇਆ ਹੈਂਡ ਵਰਕ ਹੋਇਆ ਵਾ ਗਲੇ ਤੇ ਬਹੁਤ ਸੋਹਣੀ ਲੁੱਕ ਆ ਸੂਟ ਦੀ ਤੁਸੀਂ ਇਹਦੇ ਨਾਲ ਬਲੈਕ ਬੋਟਮ ਲੱਗੀ ਹੋਈ ਆ ਪਿਓਰ ਕੈਮਰੀ ਕੋਟਨ ਦੀ ਇਹਦਾ ਦੁਪੱਟਾ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਵਾ ਦੁਪੱਟਾ ਵੀ ਬਹੁਤ ਜ਼ਿਆਦਾ ਲੱਗਾ ਹੋਇਆ ਕਿਉਂਕਿ ਇਹ ਚੀਜ਼ਾਂ ਕਈ ਵਾਰੀ ਹੁੰਦਾ ਕਿ ਮੈਂ ਵਲੌਗ ਦੇ ਨਾਲ ਤੁਹਾਡੇ ਮੈਂ ਤੁਹਾਡੇ ਨਾਲ ਉਹਦੀ ਦੇਖਦਾ ਕਿ ਮੈਨੂੰ ਵੀ ਪਤਾ ਨਹੀਂ ਹੁੰਦਾ ਕਿ ਕਿਹੜੀ ਕਿਹੜੀ ਘਰੇ ਚੀਜ਼ ਅਵੇਲੇਬਲ ਹੈਗੀ ਆ ਬਹੁਤ ਸੋਹਣਾ ਦੁਪੱਟਾ ਹੈ ਪੇਂਟ ਹੋਇਆ ਦੁਪੱਟੇ ਦੇ ਤੇ ਬਹੁਤ ਸੋਹਣਾ ਡਿਫਰੈਂਟ ਜਿਹਾ ਸੂਟ ਹੈ ਨੈਕਸਟ ਹੈ ਜੀ ਆਪਣਾ ਬਲੈਕ ਕਲਰ ਦੇ ਵਿੱਚ ਇਹਦੀ ਪ੍ਰਾਈਸ ਪਹਿਲਾਂ ਮੈਂ ਦੇਖ ਲਿਆ 3990 ਇਹ ਵੀ ਬਹੁਤ ਸੋਹਣਾ ਸੂਟ ਆ ਇਹ ਵੀ ਪਿਓਰ ਕੋਟਨ ਕੈਮਰਿਕ ਕੋਟਨ ਦੇ ਵਿੱਚ ਬਣਿਆ ਹੋਇਆ ਇਹ ਬਲੈਕ ਕਲਰ ਦਾ ਸੂਟ ਹੈ ਇਹ ਤੇ ਇਹ ਮਸਲੀਨ ਤੇ ਬਣਿਆ ਹੋਇਆ ਤੁਸੀਂ ਇਹਦਾ ਸਟੱਫ ਦੇਖ ਸਕਦੇ ਹੋ ਇਹਦਾ ਪ੍ਰਿੰਟਿੰਗ ਡਿਜ਼ਾਈਨਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਆ ਆਹ ਵੀ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਹੈਂਡ ਵਰਕ ਦਾ ਟੱਚ ਕਰ ਦਿੱਤਾ ਹੋਇਆ ਇਹਦੇ ਨਾਲ ਗ੍ਰੇ ਕਲਰ ਦੀ ਬੋਟਮ ਲੱਗੀ ਹੋਈ ਆ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਹੈ ਇਹ ਕਲਕੱਤੇ ਦੇ ਪੀਸ ਆ ਇਹ ਸਾਰੇ ਸਿੰਗਲ ਸਿੰਗਲ ਹੀ ਮਿਲੂਗਾ ਸੋ ਭਰਾਵੋ ਕਲਕੱਤੇ ਬਾਏ ਟੈਂਪੂ ਜਾ ਕੇ ਮਨਪ੍ਰੀਤ ਨੇ ਲੈ ਕੇ ਆਉਂਦੇ ਵਾਹ ਆ ਦੁਪੱਟਾ ਆ ਗਿਆ ਠੀਕ ਆ ਇਹ ਦਾ ਦੁਪੱਟਾ ਵਾ ਸਾਰੇ ਗਰਲਿਸ਼ ਪੀਸ ਆ ਬਹੁਤ ਸੋਹਣੇ ਲੱਗਣਗੇ ਵੇਅਰ ਕੀਤੇ ਸੋ ਮਸਲੀਨ ਦਾ ਹੀ ਦੁਪੱਟਾ ਇਹਦੇ ਨਾਲ ਇਹ ਪਿਓਰ ਮਸਲੀਨ ਆ ਬਹੁਤ ਸੋਫਟ ਹੈ ਕੰਫਰਟੇਬਲ ਆ ਗਰਮੀ ਵਾਲੀ ਹੈਗੀ ਆ ਮਤਲਬ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਵੇਅਰ ਕਰ ਕੇ ਗਰਮੀ ਚ ਕਿਤੇ ਵੀ ਆ ਜਾ ਸਕਦੇ ਹੋ ਪਾਰਟੀ ਵੇਅਰ ਜਿਹਾ ਹੀ ਲੱਗੇਗਾ ਸੂਟ ਇਹ ਨੈਕਸਟ ਹੈ ਜੀ ਆਪਣਾ 2800 ਦਾ ਸੂਟ ਹੈ ਪਿਓਰ ਕੋਟਨ ਆ ਕੈਮਰਿਕ ਕੋਟਨ ਥੋੜੇ ਹਾਈ ਰੇਂਜ ਦੇ ਆ ਤੇ ਇਹਦੇ ਗਲੇ ਤੇ ਵਰਕ ਹੋਇਆ ਵਾ ਤੇ ਬਹੁਤ ਸੋਹਣਾ ਪ੍ਰਿੰਟਿੰਗ ਆ ਪਹਿਲਾਂ ਆਪਾਂ ਇਹ ਪ੍ਰਿੰਟਿੰਗ ਮਸਲੀਨ ਦੇ ਵਿੱਚ ਕਾਫੀ ਸੇਲ ਕੀਤੀ ਸੀਗੀ ਪਿਛਲੇ ਸਾਲ ਹੁਣ ਇਹ ਕੋਟਨ ਦੇ ਵਿੱਚ ਵੀ ਆਈ ਹੈ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਆ ਪਿਓਰ ਕੋਟਨ ਹੈ ਐਂਡ ਵੇਅਰ ਕੀਤੇ ਦਾ ਵੀ ਨਹੀਂ ਪਤਾ ਲੱਗੇਗਾ ਬਹੁਤ ਜ਼ਿਆਦਾ ਸੋਫਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬੋਟਮ ਹੈ ਇਹ ਇਹਦੀ ਸੇਮ ਸਟੱਫ ਦੇ ਵਿੱਚ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਦੁਪੱਟੇ ਤੇ ਆ ਥੋੜੇ ਜਿਹੇ ਲਾਟੂ ਲਗਾਏ ਹੋਏ ਆ ਇਹ ਪਿਓਰ ਦਾ ਦੁਪੱਟਾ ਲੱਗਾ ਹੋਇਆ ਇਹਦੇ ਨਾਲ ਬਹੁਤ ਸੋਹਣਾ ਲਾਈਟ ਵੇਟ ਜਿਹਾ ਦੁਪੱਟਾ ਹੈ ਇਹ ਤੇ ਬਹੁਤ ਸੋਹਣਾ ਸਟੱਫ ਆ ਇਹਦਾ ਕੋਟਨ ਵੀ ਬਹੁਤ ਸੋਹਣੀ ਆ ਥੋੜੇ ਹਾਈ ਰੇਂਜ ਚ ਆ ਇਹ ਤੇ ਬਟ ਕੱਪੜੇ ਦਾ ਵੀ ਪਤਾ ਲੱਗਦਾ ਹਾਈ ਰੇਂਜ ਵਾਲਿਆਂ ਦਾ ਕੱਪੜਾ ਬਹੁਤ ਵਧੀਆ ਸਟੱਫ ਬਹੁਤ ਵਧੀਆ ਇਹਦਾ ਸੋ ਇਹ ਥੋੜੇ ਜਿਹੇ ਆਪਣੇ ਹਾਈ ਰੇਂਜ ਦੇ ਸੂਟ ਆ ਨੈਕਸਟ ਹੈ ਜੀ ਆਪਣਾ ਇਹ 2700 ਦਾ ਸੂਟ ਆ ਇਹ
ਕਨਫਿਊਜ਼ਨ ਨਾ ਹੋਵੇ, ਸਾਨੂੰ ਵੀ ਨਾ ਹੋਵੇ, ਫਿਰ ਪਤਾ ਨਹੀਂ ਲੱਗਦਾ। ਪ੍ਰਾਈਸ ਇਹਨਾਂ ਦੇ ਨਾਲ ਹੀ ਮੈਂਸ਼ਨ ਕਰਤੀ ਆ। ਇਹਦੇ ਤੇ ਵੀ ਗਲੇ ਤੇ ਹੈਂਡ ਵਰਕ ਹੋਇਆ, ਇਹ ਵੀ ਪਿਓਰ ਕੈਮਬ੍ਰਿਕ ਕਾਟਨ ਹੈ, ਬਹੁਤ ਵਧੀਆ ਕਲਰ ਹੈ ਇਹਦਾ, ਡੀਸੈਂਟ ਜਿਹਾ ਕਲਰ ਆ ਜਿਹੜਾ ਕਿ ਅੱਜ ਕੱਲ ਚੱਲਦੇ ਆ। ਐਂਡ ਬਹੁਤ ਸੋਹਣੀ ਪ੍ਰਿੰਟਿੰਗ ਆ, ਇਹਦਾ ਵੀ ਵੇਅਰ ਕੀਤੇ ਦਾ ਬਿਲਕੁਲ ਨਹੀਂ ਪਤਾ ਚੱਲੇਗਾ। ਇਹਦੀ ਬੋਟਮ ਹੈ ਬਿਲਕੁਲ ਹਲਕਾ ਜਿਹਾ ਵਰਕ ਕੀਤਾ ਹੋਇਆ ਹਨਾ, ਸੋਹਣਾ ਲਾਈਟ ਵੇਟ ਆ। ਬਿਲਕੁਲ ਸੋਹਣਾ ਲੱਗਦਾ ਹਨਾ। ਹਾਂਜੀ ਬਹੁਤ ਸੋਹਣਾ ਲੱਗ ਰਿਹਾ ਇਹਦਾ ਵਰਕ ਵੀ, ਲਾਈਟ ਵੇਟ ਜਾ, ਬਹੁਤ ਸਫਾਈ ਚ, ਇਹ ਨੀ ਹੈਗਾ ਕਿਤੇ ਉਦੜਿਆ ਪਿਆ ਜਾਂ ਖਰਾਬ ਆ, ਬਹੁਤ ਸੋਹਣਾ ਹੈ। ਤੇ ਇਹਦੀ ਬੋਟਮ ਵੀ ਨਾਲ ਮੈਚਿੰਗ ਹੈ, ਸੇਮ ਸਟੱਫ ਦੇ ਵਿੱਚ ਹੀ ਆ, ਕੈਮਬ੍ਰਿਕ ਕਾਟਨ ਆ ਪਿਓਰ ਕੈਮਬ੍ਰਿਕ। ਤੇ ਇਹਦਾ ਦੁਪੱਟਾ ਵੀ ਪਿਓਰ ਕੈਮਬ੍ਰਿਕ ਕਾਟਨ ਦਾ, ਤੁਹਾਨੂੰ ਪਤਾ ਹੀ ਹੋਣਾ ਇਹ ਦੁਪੱਟਾ ਬਹੁਤ ਐਕਸਪੈਂਸਿਵ ਆਉਂਦਾ ਵਾ, ਸੇਮ ਸਟੱਫ ਦੇ ਵਿੱਚ ਆ ਦੁਪੱਟਾ ਵੀ, ਤੁਸੀਂ ਦੇਖ ਸਕਦੇ ਹੋ ਦੁਪੱਟਾ ਵੀ ਪੂਰਾ ਖੁੱਲ੍ਹਾ ਖੁੱਲ੍ਹਾ ਇਹਦੇ ਨਾਲ, ਬਹੁਤ ਸੋਹਣਾ ਸੂਟ ਹੈ ਵੀ। ਇਹਦੀ ਪ੍ਰਾਈਸ ਹੈਗੀ ਆ 2700 ਰੁਪਏ। ਤੇ ਇਹਦਾ ਕੱਪੜਾ ਡਿਜ਼ਾਇਨਿੰਗ ਬਹੁਤ ਸੋਹਣੀ ਆ, ਬਹੁਤ ਸੋਹਣਾ ਸਟੱਫ ਹੈ ਵੀ, ਤੁਸੀਂ ਦੇਖ ਸਕਦੇ ਹੋ। ਇਹ ਕਿਉਂਕਿ ਥੋੜੇ ਐਕਸਪੈਂਸਿਵ ਆ ਤੇ ਸਟੱਫ ਤਾਂ ਪਹਿਲਾਂ ਹੀ ਬੈਸਟ ਹੀ ਆਊਗਾ, ਬਹੁਤ ਜ਼ਿਆਦਾ ਵਧੀਆ ਚ ਇਹ। ਨੈਕਸਟ ਹੈ ਜੀ ਇਹਦੀ ਰੇਂਜ ਜੀ, ਆਪਾਂ ਇਹ 3200 ਦਾ ਹੈਗਾ ਸੂਟ, ਤੇ ਬਟ ਇਹ ਬਹੁਤ ਜ਼ਿਆਦਾ ਡਿਫਰੈਂਟ ਹੈ, ਕੋਟਾ ਚ ਬਣਿਆ ਹੋਇਆ ਪਿਓਰ ਕੋਟੇ ਦਾ ਸੂਟ ਆ, ਗਰਮੀ ਵਾਲੀ ਆਈਟਮ ਆ ਇਹ, ਦੇਖ ਸਕਦੇ ਹੋ ਇਹਦੀ ਡਿਜ਼ਾਇਨਿੰਗ। ਇਹਦੇ ਗਲੇ ਤੇ ਵੀ ਹੈਂਡ ਵਰਕ ਹੋਇਆ ਵਾ ਪ੍ਰੋਪਰ, ਇਹਨੂੰ ਤੁਹਾਨੂੰ ਓਪਨ ਕਰ ਦਿੰਦੀ ਹਾਂ। ਓਕੇ ਕਲਰ ਵੀ ਡਬਲ ਆ ਨਾ। ਹਾਂਜੀ ਕਲਰ ਡਿਫਰੈਂਟ ਜੀ ਡਿਜ਼ਾਇਨਿੰਗ ਬਣੇਗੀ ਇਹਦੀ। ਇਹਦਾ ਗਲਾ, ਗਲੇ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਹੈਂਡ ਵਰਕ ਹੋਇਆ ਵਾ ਇਹਦੇ। ਤੇ ਇਹਦੇ ਨਾਲ ਬਲੈਕ ਕਲਰ ਦੀ ਬੋਟਮ ਹੈ, ਜ਼ਿਆਦਾ ਗਰਮੀ ਚ ਆਪਾਂ ਬਲੈਕ ਜਾਂ ਵਾਈਟ ਹੀ ਲਾਈਕ ਕਰਦੇ ਹਾਂ, ਇਹ ਉਹ ਹੀ ਕੰਬੀਨੇਸ਼ਨ ਆ ਬਲੈਕ ਐਂਡ ਵਾਈਟ। ਤੇ ਤੁਸੀਂ ਇਹਦਾ ਦੁਪੱਟਾ ਦੇਖੋਗੇ, ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ, ਦੁਪੱਟਾ ਇਹਦੇ ਨਾਲ ਕੋਟਾ ਦਾ ਹੈਗਾ, ਤੇ ਤੁਸੀਂ ਦੁਪੱਟਾ ਦੇਖ ਸਕਦੇ ਹੋ, ਬਹੁਤ ਯੂਨੀਕ ਜਿਹਾ ਬਣਿਆ ਹੋਇਆ ਲਾਈਟ ਵੇਟ ਦੇ ਵਿੱਚ। ਇਹ ਥੋੜੇ ਜਿਹੇ ਹਾਈ ਰੇਂਜ ਦੇ ਵਿੱਚ ਆ ਸੂਟ, ਇਹਦਾ ਸਟੱਫ ਵੀ ਵਧੀਆ, ਬਿਲਕੁਲ ਸੋਫਟ ਹੈ, ਤੁਸੀਂ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ, ਸਟੱਫ ਬਹੁਤ ਵਧੀਆ ਸੋਫਟ ਹੈ, ਬਿਨਾਂ ਲਾਈਨਿੰਗ ਤੋਂ ਬਣ ਜਾਣਗੇ ਸੂਟ। ਨੈਕਸਟ ਹੈ ਜੀ ਆਪਣਾ ਇਹ ਸੂਟ, ਬਹੁਤ ਜ਼ਿਆਦਾ ਸੋਹਣਾ ਹੈ, ਇਹਦੀ ਪ੍ਰਾਈਸ ਹੈਗੀ 3150, ਥੋੜ੍ਹਾ ਅਪ ਰੇਂਜ ਦੇ ਵਿੱਚ ਆ, ਅਤੇ ਇਹ ਪਿਓਰ ਕੈਮਬ੍ਰਿਕ ਦੇ ਕਾਟਨ ਦੇ ਵਿੱਚ ਆ, ਅਤੇ ਇਹਦਾ ਡਿਜ਼ਾਇਨਿੰਗ ਇਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ। ਇਹਦੇ ਵੀ ਗਲੇ 'ਤੇ ਹੈਂਡ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ, ਇਹਦਾ ਗਲਾ ਤੁਸੀਂ ਦੇਖ ਸਕਦੇ ਹੋ, ਇਹਦਾ ਗਲਾ ਬਹੁਤ ਸੋਹਣਾ ਬਣਿਆ। ਇਹਦੇ ਨਾਲ ਲਾਈਟ ਪੀਚ ਕਲਰ ਦੀ ਬੋਟਮ ਹੈ ਪਿਓਰ ਕੈਮਬ੍ਰਿਕ ਕਾਟਨ ਦੀ ਵੀ, ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ, ਦੁਪੱਟਾ ਤੁਸੀਂ ਦੇਖ ਸਕਦੇ ਹੋ, ਦੁਪੱਟਾ ਇਹਦਾ ਪਿਓਰ ਦਾ ਨਾਲ ਲੱਗਾ ਹੋਇਆ, ਬਹੁਤ ਸਰਦਾਰੀ ਜੀ ਲੁੱਕ ਆ ਇਹਦੀ ਵੀ, ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ। ਬਟ ਇਹ ਇੱਦਾਂ ਵਾ, ਇਹ ਕੱਪੜੇ ਕਦੇ ਨਾ ਖਰਾਬ ਹੁੰਦੇ ਆ, ਸਟੱਫ ਵੀ ਵਧੀਆ, ਤੁਸੀਂ ਇੰਨਾ ਕੁ ਜ਼ਿਆਦਾ ਸੋਫਟਨੈਸ ਦੇ ਵਿੱਚ ਆ, ਇਹਦਾ ਵੇਅਰ ਕੀਤੇ ਦਾ ਵੀ ਨਹੀਂ ਪਤਾ ਲੱਗਣਾ, ਬਹੁਤ ਜ਼ਿਆਦਾ ਵਧੀਆ ਸਟੱਫ ਆ ਇਹ, ਮੈਨੂੰ ਇਹ ਸੂਟ ਸਭ ਤੋਂ ਪਿਆਰਾ ਲੱਗਦਾ, ਇਹ ਜਿਵੇਂ ਮੰਮਾ ਹੁਣਾਂ ਨੇ ਪਾਉਣਾ ਹੋਵੇ ਉਹਨਾਂ ਦੇ ਲਈ ਸਭ ਤੋਂ ਬੈਸਟ ਚੋਇਸ ਇਹ ਆ। ਇਹ ਕਿੰਨੇ ਪੀਸ ਆਪਣੇ ਕੋਲ? ਇਹ ਸਿੰਗਲ ਸਿੰਗਲ ਹੀ ਆ ਸਾਰੇ। ਇਹ ਕਿੰਨੇ ਵਾਰੀ ਕਹਿ ਚੁੱਕੀ ਆ ਮੈਂ ਬਣਾਵਾਂ, ਮੈਨੂੰ ਸਾਰੇ ਹੀ ਸੋਹਣੇ ਲੱਗਦੇ ਆ, ਮਾੜਾ ਕਿਹੜਾ ਲੱਗਦਾ, ਕੱਪੜੇ ਲੈਣ ਜਾਣਾ ਪੈਂਦਾ ਸੀ, ਹੁਣ ਤਾਂ ਆਪਦੇ ਕੋਲੋਂ ਹੀ ਚੱਕ ਲੈਣਾ ਜਿਹੜਾ ਚੰਗਾ ਆਇਆ ਠੀਕ ਆ। ਇਹਨਾਂ ਦੀ ਪ੍ਰਾਈਸ ਮੈਂ ਨਾਲ ਦੀ ਨਾਲ ਮੈਂਸ਼ਨ ਕਰਤੀ, ਨਾਲੇ ਤੁਹਾਨੂੰ ਜਿੰਨੇ ਲੈਣਾ ਹੋਇਆ ਤੁਹਾਨੂੰ ਨਾਲ ਦੀ ਨਾਲ ਬਸ ਉਹਦੀ ਫੋਟੋ ਪਾ ਦਿਓ, ਪ੍ਰਾਈਸ ਤੁਹਾਨੂੰ ਪਤਾ ਹੀ ਹੋਊਗਾ।
नेक्स्ट है जी अपना ये है 1990 दी रेंज दे विच इहदी कलकत्ते दी आइटम आ इहदी कॉटन बहुत ज्यादा सॉफ्ट है ये बहुत सोहना सूट है ये सारे विद दुपट्टे है ना विद दुपट्टे है सारे हां विद दुपट्टे ही है सारे ये सूट है तुसी देख सकदे हो ਇਹਤੇ ਵੀ ਥੋੜਾ ਥੋੜਾ ਵਰਕ ਹੋਇਆ ਇਹਦੇ ਨਾਲ ਕਲੀਨ ਬਾਟਮ ਹੈ ਇਹਦੇ ਨਾਲ ਨਿਚੋਂ ਦਿਖਾਣੀ ਪੈਣੀ ਆਹ ਬਾਟਮ ਹੈ ਇਹਦੀ ਪਲੇਨ ਬਹੁਤ ਸੋਹਣਾ ਕੱਪੜਾ ਹੈ ਸੌਫਟ ਬਹੁਤ ਆ ਆਹ ਵੀ ਬਹੁਤ ਸੌਫਟ ਕੱਪੜਾ ਵਾ ਇਹ ਸਾਰੇ ਕਲਕੱਤੇ ਦੇ ਸੂਟ ਆ ਬਿਲਕੁਲ ਪਤਾ ਨਹੀਂ ਲੱਗੇਗਾ ਇਹਦੇ ਵੇਅਰ ਕੀਤੇ ਦਾ ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ दुपट्टा देख सकते हो बहुत सोहना बनिया हो दुपट्टा सो जिवें ओहदे विच थोड़ा थोड़ा वर्क है दुपट्टे दे विच दुपट्टा भी बहुत डिफरेंट है सूट ही बहुत ज्यादा डिफरेंट है सोहना लगेगा वेयर किया भी सोहना लगेगा बाकी बनिया सूट ही सोहना लगता है गोल्डन शेड चाहे यूनीक जा कलर है नेक्स्ट है जी अपना 2090 दे विच ए भी बहुत सोहना सिंगल शेड है ए भी ए रस्टी जा ऑरेंज कलर है बहुत सोहना इहदे उत्ते भी वर्क होया वा तुसी देख सकदे हो वर्क बहुत सोहना है इहदा कपड़ा भी बहुत ज्यादा सोहना है स्टफ वालों तुसी बेफिक्र रहो बहुत सोहना स्टफ है इहदा ते इहदे नाल प्लेन इस कलर दी बॉटम है रस्टी जी ऑरेंज कॉटन दी कैमरिक कॉटन दी बहुत सोहना स्टफ है सॉफ्ट बहुत ज्यादा है तुसी देख सकते हो बाकी तुहानू वीडियो दे विच क्लीयरली दिख ही रहा इहदा दुपट्टा भी बहुत ज्यादा सोहना है सो थोड़ा सूट डार्क कलर दे विच है दुपट्टा लाइट दुपट्टे दे उत्ते पेंट होया दुपट्टे दे विच पेंट किया गया है एंड डिफरेंट जी लुक है दुपट्टे दी ये मसलीन का दुपट्टा है ना मसलीन कॉटन सो नेक्स्ट है जी अपना ये 2150 का सूट ये मतलब कि ये ऑल ओवर सूट है सारा ये भी ऑल ओवर है हाँ जी ते बहुत सोहना हैगा ये कलर इसका डिजाइनिंग देख ला एक बारी चेक भी कर ला नहीं मैचिंग सलवार है दे नाल ते बहुत सोहना स्टफ है इहदा भी ते सारे सूट दे विच आहा मिरर लगे हुए ने वर्क है थोड़ा थोड़ा हल्का हल्का जा मिरर लगे हुए थोड़े थोड़े जगह छड के ते इहदे नाल प्योर दा दुपट्टा है दुपट्टा बहुत सोहना है इहदे नाल भी सो सेम ओही प्रिंटिंग इहदे विच पूरा खुला डुला दुपट्टा इहदे नाल सो इहदी प्राइस मैं मेंशन करती सी हां जी 2150 दा वा सूट बहुत सोहना स्टफ है बहुत ज्यादा सॉफ्ट है इहदे ते आह लगी हुई है थोड़ी जी नेक टाइप एक घेरा इहदा हां जी घेरे ते लगी हुई है बहुत सोहना बनेगा ये भी सूट ते कपड़े वालों तुसी बेफिक्र रहो कपड़ा बहुत वधिया है सारे सॉफ्ट रहो नेक्स्ट है जी अपने ये प्योर कैमरिक कॉटन इहदी रेंज भी हाई आ 2500 दा सूट है ये इहदे ते भी हैंड वर्क होया गले ते बहुत सोहना नाल इहदी लाइना वाली बॉटम तुसी देख सकदे हो इहदी बॉटम भी बहुत सोहनी है ते इहदा दुपट्टा भी बहुत ज्यादा सोहना तुसी इहदा दुपट्टा देख सकदे हो नीचे आह लटकन जे लगे हुए दुपट्टे ते इहदे नाल भी प्योर दा दुपट्टा लगा हुआ ते इह भी बहुत ज्यादा सोहना सूट है डिफरेंट जा कलर है लाइट ब्लू जा
नेक्स्ट है जी अपना मसलीन दा सूट, ये हैगा प्योर मसलीन दे विच, ये भी बहुत सोना डिजाइनिंग ते पैंदा। हां सानू बहुत मांग आई सी सूट दी। हां जी ये दोबारा लेके आया, दोबारा लेके आंदा ते हां जी एदा जेड़ा स्टफ आ ओ प्योर मसलीन दा, बहुत ज्यादा सॉफ्ट है ते गर्मी च वियर कीते दा पता ही नहीं लगेगा। एदी डिमांड बहुत ज्यादा आई सीगी बट उस टाइम साडे तो आउट ऑफ स्टॉक हो गया सी, तो सो हुण एक बारी असीं फिर तो लेके आए हां। इहदे नाल मैचिंग ब्लैक कलर दी बॉटम है, 3 मीटर दी बॉटम होगी इहदे नाल। ते नेक्स्ट है जी अपना शार्टन दे विच, इह वी बहुत सोहना डिजाइन आ, तुसीं इहदे नाल जिद्दां दी मर्जी बॉटम तुसीं अरेंज कर सकदे हो। जे तुसीं आल ओवर करना आल ओवर भी ले सकदे हो, जे तुसीं मैचिंग करना तां मैचिंग भी कर सकदे हो इहदे नाल। नेक्स्ट अपना जी ਇਹ ਵੀ ਸਾਨੂੰ ਬਹੁਤ ਡਿਮਾਂਡ ਆਈ ਸੀ ਇਸ ਕਲਰ ਦੀ, ਸੋ ਇੱਕ ਵਾਰੀ ਫਿਰ ਤੋਂ ਲੈ ਕੇ ਆਏ ਹਾਂ ਇਹ ਵਾਲਾ। ਇਹ ਬਹੁਤ ਸੋਹਣਾ ਪ੍ਰਿੰਟ ਹੈ, ਇਹ ਵੀ ਪਿਓਰ ਮਸਲੀਨ ਦੇ ਉੱਪਰ ਬਣਿਆ ਹੋਇਆ ਕੱਪੜਾ, ਬਿਲਕੁਲ ਹੈ ਨਾ ਹਲਕਾ, ਬਿਲਕੁਲ ਹਲਕਾ ਜਿਹਾ ਸੋਫਟ ਜਿਹਾ ਹੈ ਤੇ ਥੋੜੇ ਸ਼ਾਈਨੀ ਜਿਹਾ ਹੈ, ਬਹੁਤ ਸੋਹਣਾ ਲੱਗਦਾ ਇਹ ਕੱਪੜਾ ਹਲਕਾ ਜਿਹਾ। ਹਾਂਜੀ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ, ਠੀਕ ਆ। ਮੇਰੇ ਬਾਈਆਂ ਵਾਸਤੇ ਜਿਹੜੇ ਵਲੌਗ ਸਾਡੇ ਕੰਟੈਂਟ ਨੂੰ ਦੇਖਦੇ ਉਹਨਾਂ ਲਈ ਥੋੜ੍ਹਾ ਬੋਰਿੰਗ ਹੋ ਜਾਂਦਾ ਕਿਉਂਕਿ ਆਪਣਾ ਥੋੜ੍ਹਾ ਇੰਟਰਸਟ ਘੱਟ ਹੁੰਦਾ ਅਤੇ, ਬਟ ਮੈਨੂੰ ਵੀ ਮਨਪ੍ਰੀਤ ਦੇ ਨਾਲ ਲੱਗਣਾ ਪੈਂਦਾ ਕਿਉਂਕਿ ਕੋਈ ਵੀਡੀਓ ਸ਼ੂਟ ਕਰਨ ਵਾਸਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਠੀਕ ਆ। ਅਤੇ ਮੈਨੂੰ ਖਿੱਚ ਕੇ ਲਾਉਂਦੀ ਆ, ਫਿਰ ਲੱਗਣਾ ਪੈਣਾ ਫਿਰ, ਕਿਉਂਕਿ ਰਾਤ ਨੂੰ ਰੋਟੀ ਵੀ ਖਾਣੀ ਹੁੰਦੀ ਆ, ਫਿਰ ਘਰ ਠੀਕ ਆ ਐਡਜਸਟ ਕਰ ਲਿਓ ਥੋੜ੍ਹਾ ਜਿਹਾ। ਅਤੇ ਵਲੌਗ ਆਪਾਂ ਕੰਟੀਨਿਊ ਪਾਉਂਦੇ ਰਹਾਂਗੇ, ਹੁਣ ਪ੍ਰੋਗਰਾਮ ਥੋੜ੍ਹੇ ਫ੍ਰੀ ਹੋ ਗਏ ਆਪਾਂ, ਤੁਹਾਡੇ ਲਈ ਵਲੌਗ ਇੱਦਾਂ ਆਪਾਂ ਸਾਰੇ ਜਿਹੜੇ ਨੈਚੁਰਲ ਵਲੌਗ ਹੁੰਦੇ ਆਪਣੇ ਆਉਣਗੇ, ਤੇ ਸਾਡਾ ਨੰਬਰ ਸਕਰੀਨ ਦੇ ਉੱਪਰ ਚੱਲ ਹੀ ਰਿਹਾ ਵਾ, ਜੇ ਤੁਸੀਂ ਕੋਈ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਦੇ ਕੇ ਤੁਸੀਂ ਆਰਡਰ ਕਰ ਸਕਦੇ ਹੋ। ਹੁਣ ਬੋਲੋ ਬੋਲੋ ਬੋਲੋ, ਬੇਲਾ ਕੋਈ ਨੀ, ਮਿਸਤਰੀ ਨੂੰ ਇੱਟਾਂ ਫੜਾਉਣਗਾ, ਮਿਸਤਰੀ ਲੱਗਾ ਪਿਆ ਕਰੇ, ਸਹੀ ਹੈ ਨਾ। ਤੇ ਪੈਸੇ ਲੱਗੇ ਆ ਵੀ ਤੁਹਾਨੂੰ ਵੀ ਉਹਨਾਂ ਦਾ ਮੁੱਲ ਮੁੜੇ ਹਨਾ, ਸੋ ਚੀਜ਼ ਬੈਸਟ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਆ। ਬੋਲ ਦੇ ਬੱਚੇ ਆ ਛਾਂਟ ਛਾਂਟ ਕੇ, ਮਨਪ੍ਰੀਤ ਬਹੁਤ ਮਿਹਨਤ ਕਰਦੀ ਆ, ਸਾਰਿਆਂ ਨੇ ਸਪੋਰਟ ਜ਼ਰੂਰ ਕਰਿਓ, ਠੀਕ ਹੈ। ਜਿੰਨੀ ਯੋਗਾ ਹੈਗਾ ਮੈਂ ਵੀ ਇਹ ਸਪੋਰਟ ਕਰਦਾ, ਅਤੇ ਵਧੀਆ ਲੱਗਦਾ ਸੀ ਸਾਰੇ ਜਾਣੇ ਜਿਹਦੇ ਇੱਕ ਵਾਰੀ ਸੂਟ ਜਿਹਦੇ ਜਾਂਦੇ ਆ, ਵਧੀਆ ਤੁਹਾਡੇ ਰਿਸਪੋਂਸ ਜਦੋਂ ਆਉਂਦੇ ਆ, ਮੇਰੀਆਂ ਭੈਣਾਂ ਵਧੀਆ ਉਹਨੂੰ ਕਾਲ ਕਰਕੇ ਸਾਰੇ ਐਪਰੀਸ਼ੀਏਟ ਕਰਦੇ ਆ ਨਾ, ਵਧੀਆ ਲੱਗਦਾ ਉਹ ਚੀਜ਼ ਦਾ। ਅਤੇ ਬਸ ਸਾਰੇ ਜਾਣੇ ਇਹਦੇ ਪਿਆਰ ਬਣਾਈ ਰੱਖਿਓ, ਆਪਾਂ ਇਹ ਚੀਜ਼ ਨੂੰ ਹਾਈ ਅਸੀਂ ਆਮ ਦੇਖਣ 'ਚ ਆਉਂਦਾ ਕਿ ਸਾਰੇ ਜਾਣੇ, ਜਿਹੜਾ ਟਾਈਮ ਇਹਦਾ ਚੱਲਦਾ ਵਾ ਕਿ ਹਰੇਕ ਬੰਦਾ ਕਹਿੰਦਾ ਸਾਡੇ ਕੋਲ ਰੁਜ਼ਗਾਰ ਆਵੇ, ਕੰਮ ਆਵੇ, ਉੱਦਾਂ ਆਵੇ, ਇੱਦਾਂ ਆਵੇ, ਹੈ ਨਾ। ਹੱਥ ਦੇ ਹੱਥ ਮਾਰਦੇ ਫਿਰਦੇ ਲੋਕ, ਕਿੰਨਾ ਬੁਰਾ ਹਾਲ ਹੈਗਾ। ਬਟ ਅਸੀਂ ਕੰਮ ਉਸ ਹਿਸਾਬ ਨਾਲ ਕਰਦੇ ਹਾਂ ਕਿ ਅਸੀਂ ਕੰਮ ਘੱਟ ਕਰਕੇ ਖੁਸ਼ ਹਾਂ, ਕਿਉਂਕਿ ਸਾਨੂੰ ਆਏ ਹਾਂ ਕਿ ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਨਾ ਹੋਵੇ। ਸਾਡੇ ਵਲੌਗ ਵੀ ਬਿਲਕੁਲ ਸੂਟਾਂ ਦੀ ਟਾਈਮ ਘੱਟ ਆਉਂਦੇ ਆ, ਕਿਉਂਕਿ ਪਾਉਣ ਨੂੰ ਜਿੰਨੇ ਮਰਜ਼ੀ ਪਾ ਸਕਦੇ, ਸਾਡੇ ਆਡੀਅੰਸ ਬਹੁਤ ਜੁੜੀ ਆ ਨਾ, ਜਿੰਨਾ ਮਰਜ਼ੀ ਪੈਸਾ ਕਮਾ ਸਕਦੇ ਹਾਂ, ਬਟ ਇਕੱਲਾ ਪੈਸਾ ਹੀ ਨਹੀਂ ਹੁੰਦਾ ਹੈਗਾ, ਕਿਉਂਕਿ ਅਗਲੇ ਨੂੰ ਚੀਜ਼ ਵੀ ਵਧੀਆ ਦਿਓ, ਕਸਟਮਰ ਨੂੰ ਦਿਓ ਚੀਜ਼ ਵਧੀਆ ਹਨਾ। ਸਾਰੀਆਂ ਸਾਡੇ ਤੇ ਵਿਸ਼ਵਾਸ ਕਰਦੇ, ਤੁਸੀਂ ਸਾਡੇ ਨਾਲ ਇੰਨੇ ਚਿਰ ਤੋਂ ਜੁੜੇ ਹੋ, ਸਾਡੇ ਵਲੌਗ ਦੇਖਦੇ ਹੋ, ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਯਾਰ ਅਸੀਂ ਤੁਹਾਨੂੰ ਵਧੀਆ ਚੀਜ਼ ਦਈਏ, ਹੈ ਨਾ। ਮਨਪ੍ਰੀਤ ਨੂੰ ਮੈਂ ਸ਼ੁਰੂਆਤ ਵਿੱਚ ਇਹੀ ਗੱਲ ਕਹੀ ਸੀ ਕਿ ਮਨਪ੍ਰੀਤ ਜੇ ਇੱਕ ਕੰਮ ਕਰਨਾ ਤਾਂ ਕਿਸੇ ਦਾ ਲਾਂਭਾ ਮੈਨੂੰ ਨਹੀਂ ਆਉਣਾ ਚਾਹੀਦਾ, ਇਹ ਕਹਿੰਦੀ ਇਸ ਪਾਸੋਂ ਬੇਚਿੰਤ ਰਹੋ, ਠੀਕ ਆ। ਅਤੇ ਚਲੋ ਫਿਰ ਆਪਾਂ ਫਿਰ ਮਨਪ੍ਰੀਤ ਨੂੰ ਪੂਰਾ ਹਾਈ ਲੈਵਲ ਦਾ ਬੁਟੀਕ ਬਣਾ ਲੈਣਾ, ਠੀਕ ਆ। ਸਾਰੇ ਜਣੇ ਸਪੋਰਟ ਕਰਦੇ ਪੂਰੀ, ਆਪਾਂ ਦੱਬ ਕੇ ਹੁਣ ਸਾਰੇ ਜਣੇ ਸ਼ੇਅਰ ਕਰਦੇ ਵੀਡੀਓ ਨੂੰ, ਠੀਕ ਆ। ਜਿਹੜੀ ਸਾਡੇ ਬਾਹਰ ਹੁਣ, ਕਿਉਂਕਿ ਹੁਣ ਬਾਹਰ ਸੀਜ਼ਨ ਚੱਲ ਪੈਣਾ, ਹੁਣ ਕਾਫੀ ਲਹਿੰਗੇ ਲੂੰਘੇ ਮਨਪ੍ਰੀਤ ਦੇ ਬੁੱਕ ਹੋ ਰਹੇ ਆ, ਹੈਂਡਵਰਕ ਦਾ ਮੇਨ ਕੰਮ ਆਪਣਾ ਹੈਂਡਵਰਕ ਦਾ ਹੀ ਆ, ਇਹ ਸਿਰਫ ਤੁਹਾਡੀ ਬਹੁਤ ਵਧੀਆ ਚੱਲ ਰਿਹਾ, ਬਹੁਤ ਜਾਨੀ ਕਿ ਹੈਗੀ ਆ, ਉਹ ਤਾਂ ਪੂਰੇ ਗੱਡੀ ਸਪੀਡ ਤੇ ਆ ਨਾ ਕਰਵਾ ਰਹੇ ਆ। ਸੋ ਕਈ ਤਾਂ ਹੁਣ ਸਾਡੇ ਕੋਲ ਟਾਈਮ ਹੁਣ ਨਾ ਘੱਟ ਹੋਣ ਕਰਕੇ ਨਾ ਸੂਟ ਦਿਖਾਉਣ ਦਾ ਵੀ ਟਾਈਮ ਨਹੀਂ ਹੁੰਦਾ, ਉਹ ਵੀ ਚਲੇ ਗਏ, ਬਹੁਤ ਨਿਕਲ ਜਾਂਦੇ ਆ, ਕਿਉਂਕਿ ਮੇਰੇ ਟਾਈਮ ਜ਼ਿਆਦਾ ਟਾਈਮ ਸੀ, ਉਹਨਾਂ ਦੀਆਂ ਵੀਡੀਓ ਕਲਿੱਪਸ ਜਾਂ ਫੋਟੋ ਲੈਣ ਦਾ ਵੀ ਟਾਈਮ ਨਹੀਂ ਹੁੰਦਾ, ਕਈ ਵਾਰ ਇੰਨੇ ਕੁ ਬਿਜ਼ੀ ਹੁੰਦੇ ਆ, ਕਿਉਂਕਿ ਮੇਰਾ ਟਾਈਮ ਹੀ ਲੱਗਦਾ, ਕਿਉਂਕਿ ਮੈਂ ਉਹ, ਕਿਉਂਕਿ ਮੈਂ ਥੋੜੇ ਪ੍ਰੋਗਰਾਮਾਂ ਚ ਬਿਜ਼ੀ ਹੋਣ ਕਰਕੇ ਫਿਰ ਮੈਨੂੰ ਬਹੁਤ ਘੱਟ ਟਾਈਮ ਮਿਲਿਆ ਵਲੌਗਿੰਗ ਕਰਨ ਦਾ ਸਾਨੂੰ।
हैंडवर्क के कपड़े आपने अपने हथी कपड़ा खरीदना अपने हथी वो काम होंदा है ना हैंडवर्क कि सफाई च करना नहीं सफाई च होना कि स्टफ यूज करते हैं अपने हथ च पावर होंगी है चीज की मेंटेन कर सकते हैं बट जी आ चीजा होंगे रेडीमेड बनिया हुई है बट फिर भी हों की पूरा जिम्मेवारी होंगी कि कदम गलत हो गए ना किसी ना सानू पूरा जिथे सानू विश्वास हों पूरा जो सू हैक थापड़ दिया कि हाँ बी सू कोई लांभा नहीं आऊगा उतो ये चीज खरीदी जाती है फिर गांह थोड़े तक पहुंचती है पहला इनू इधर टेस्ट हों पूरा उदू बाद पास होंगी है फिर थोड़ा फिर ब्लॉग दिखाई जाती है कुछ चीजें अं दिखाने भी ब्लॉग के बट अभी पहला दस दिन भी चीज से चीज से फर्क है भी थोड़ी चीज नहीं लैन आई तो नहीं लैन आई कहे चीज चाहे साड़ी है जो माड़ी है तो अभी माड़ी माड़ी कहे ठीक है बी लव यू आ सारे जो फर्स्ट टाइम देख रहे रीत फैशन बुटीक न सपोर्ट कर दौ तो लाइक तो कमेंट जरूर करो तो शेयर कर दौ अपने रिलेटिव जो बहर बैठे सूट जिन्होंने बाय करने क्योंकि बहर हम सर्दी क्योंकि बाहर हम मैरिजा शुरू हो जाएगा क्योंकि हैंडवर्क का काम थोड़ा औखा हो जाता क्योंकि थोड़ा लंबा टाइम लगता लहंगे लूंगे मन पी बहुत ऑर्डर आए हुए हैं क्योंकि बाहर जिन्होंने बोली तू क्योंकि बहर हम मैरिजा गर्मी शुरू सियालों मैरिजा अपने निबड़ जाने गर्मिया जो बहुत शुरू हो जाए उदो बहुत रश पै जाता हम बहरों सू कल बहुत आदि ने जी हम काफी ज्यादा ऑर्डर फॉरन तो ही ने काफी ज्यादा मैरिज दे ने सिर पे विश पूरी की क्योंकि टेंशन बहुत ज्यादा मार्जिन बिलकुल नहीं होंगे ठीक है ओके लव यू भाई सारे जने मिलते हैं फिर अगले ब्लॉग लॉग एक लंबा हो एडजस्ट कर लियो अगला ब्लॉग आऊगा अपना करते ठीक है सारे जुड़े रहो जल्दी पावांगे ओके ओके जी बाय बाय।